ਤੁਹਾਡੇ ਸਾਰਿਆਂ ਵਾਸਤੇ ਬਹੁਤ ਸਾਰੀਆਂ ਗੱਡੀਆਂ ਇੱਕ ਵਾਰ ਫਿਰ ਤੋਂ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਡੇ ਖਾਤਰ ਸਪੈਸ਼ਲ ਵੀਡੀਓ 'ਚ। ਦੇਖਿਓ ਤੁਸੀਂ ਵਧੀਆ ਰੇਟਾਂ 'ਚ ਮਸ਼ੀਨਰੀਆਂ ਤੁਹਾਨੂੰ ਮਿਲ ਜਾਣਗੀਆਂ ਤੁਹਾਡੇ ਏਰੀਆ 'ਚੋਂ, ਤੁਹਾਡੇ ਪਿੰਡ, ਤੁਹਾਡੇ ਸ਼ਹਿਰ ਦੀਆਂ। ਅਤੇ ਗੱਲਬਾਤ ਆਪਾਂ ਪੂਰੀ ਕਰਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਇਹ ਵੀਡੀਓ ਕਿਸੇ ਵੀ ਏਰੀਆ 'ਚ ਦੇਖ ਰਹੇ ਹੋ। ਤੁਹਾਡੇ ਕੋਲ ਜੇ ਕੋਠੀ ਹੈ, ਘਰ, ਮਕਾਨ ਹੈ, ਕੋਈ ਵੀ ਗੱਡੀ ਹੈ, ਮੋਟਰਸਾਈਕਲ ਹੈ, ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲ ਭੇਜ ਕੇ ਐਡ ਬਿਲਕੁਲ ਫਰੀ ਦੇ ਵਿੱਚ ਕਰਵਾ ਸਕਦੇ ਹੋ। ਉੱਪਰ ਆਪਣਾ ਵਟਸਐਪ ਨੰਬਰ ਵਾਰ ਵਾਰ ਚੱਲਦਾ ਰਹਿੰਦਾ। ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ, 5 ਤੋਂ 7 ਫੋਟੋਆਂ ਭੇਜੋ ਜੀ। ਅਤੇ ਹੁਣ ਆਪਾਂ ਪਹਿਲੀ ਗੱਡੀ ਫੀਗੋ ਲੈ ਕੇ ਪਹੁੰਚੇ ਹਾਂ। 2012 ਮਾਡਲ ਗੱਡੀ ਹੈ ਜੀ, 1,45,000 ਰੁਪਇਆ ਕੀਮਤ ਹੈ ਗੱਡੀ ਦੀ। ਅਤੇ ਗੱਡੀ ਖੜ੍ਹੀ ਹੈ ਅੰਮ੍ਰਿਤਸਰ ਏਰੀਏ 'ਚ। ਗੱਡੀ ਚੱਲੀ ਹੋਈ ਹੈ ਕੁੱਲ 92,000 ਕਿਲੋਮੀਟਰ। 80 ਤੋਂ 85 ਪੈਸੇ ਟਾਇਰਾਂ ਦੀ ਆਪਾਂ ਨੂੰ ਕੰਡੀਸ਼ਨ ਮਿਲ ਜਾਊਗੀ। 1,45,000 ਰੁਪਇਆ ਡਿਮਾਂਡ ਲੈਸ ਵੈਸ ਹੋ ਜੂਗਾ। ਜੇ ਆਪਾਂ ਅੰਦਰੋਂ ਗੱਲ ਕਰੀਏ, ਇਹਨਾਂ ਨੇ ਫੋਟੋਆਂ ਵੀ ਖਿੱਚ ਕੇ ਭੇਜੀਆਂ ਅੰਦਰੋਂ ਵੀ, ਅੰਦਰੋਂ ਬਹੁਤ ਵਧੀਆ ਪਈ ਹੈ। ਅਤੇ ਜਿਹੜੇ ਮਾਲਕ ਨੇ, ਓਨਰ ਨੇ ਆਪ, ਉਹਨਾਂ ਦਾ ਨੰਬਰ ਹੈ 83,778 ਅਤੇ 32,773। ਸੈਕਿੰਡ ਗੱਡੀ ਜਿਹੜੀ ਆਪਾਂ ਲੈ ਕੇ ਪਹੁੰਚੇ ਹਾਂ, ਟਿਓਟਾ ਦੀ ਐਟੀਓਸ GD ਲੈ ਕੇ ਪਹੁੰਚੇ ਹਾਂ। 2012 ਮਾਡਲ ਗੱਡੀ ਹੈ, 13 'ਚ ਰਜਿਸਟਰ ਹੋਈ ਹੈ। 2.5 ਲੱਖ ਰੁਪਇਆ ਮਾਲਕ ਨੇ ਡਿਮਾਂਡ ਆਪਣੇ ਕੋਲ ਪਾਈ ਹੈ। ਅਤੇ ਮੋਗੇ ਏਰੀਆ 'ਚ ਗੱਡੀ ਖੜ੍ਹੀ ਹੈ। ਕੋਈ ਨੁਕਸ ਨਹੀਂ, ਕੋਈ ਡੈਮੇਜ ਨਹੀਂ, ਕੋਈ ਐਕਸੀਡੈਂਟਡ ਨਹੀਂ, ਮਾੜੇ ਮੋਟੇ ਸਕ੍ਰੈਚ ਉਹ ਵੱਖਰੀ ਗੱਲ ਹੈ, ਮਿਲਣਗੇ। ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਅੰਦਰੋਂ ਬਹੁਤ ਵਧੀਆ ਪਈ ਹੈ, ਕੋਈ ਨੁਕਸ ਨਹੀਂ, ਨਾ ਕੋਈ ਚਲਾਉਣ 'ਚ। ਪੰਜਾਬ ਨੰਬਰ ਗੱਡੀ ਹੈ, ਨੰਬਰ ਪਲੇਟਾਂ ਤੁਸੀਂ ਆਪੇ ਦੇਖ ਲਓ। ਅਤੇ ਅੰਦਰੋਂ ਜੇ ਆਪਾਂ ਗੱਲ ਕਰੀਏ ਬਹੁਤ ਵਧੀਆ ਸਾਫ਼ ਸੁਥਰੀ ਹੈ। ਇੰਜਣ ਗੇਅਰ ਵੱਲੋਂ ਗੱਲ ਕਰੀਏ, ਇੰਜਣ ਗੇਅਰ ਵੀ ਬਹੁਤ ਵਧੀਆ, ਸਾਇਲੈਂਟ ਹੈ, ਕੋਈ ਨੁਕਸ ਨਹੀਂ, 1 ਨੰਬਰ ਗੱਡੀ ਹੈ। ਜਾ ਕੇ ਤੁਸੀਂ ਦੇਖਣੀ ਹੋਵੇ, ਚਲਾ ਕੇ ਦੇਖਣੀ ਹੋਵੇ, ਕਿਸੇ ਨੂੰ ਵੀ ਪਸੰਦ ਆਈ ਹੋਵੇ ਤਾਂ ਮਾਲਕ ਨਾਲ ਤੁਸੀਂ ਗੱਲ ਕਰ ਲਿਓ। 84,377 ਅਤੇ 37,616 ਮਾਲਕ ਦਾ ਆਹ ਨੰਬਰ ਹੈ, ਮਾਲਕ ਨਾਲ ਗੱਲ ਤੁਸੀਂ ਆਪੇ ਕਰ ਲਿਓ। ਹੁਣ ਆਪਾਂ ਤੁਹਾਡੇ ਖਾਤਰ ਇੱਕ ਆਲਟੋ ਗੱਡੀ ਲੈ ਕੇ ਪਹੁੰਚੇ ਹਾਂ। ਆਲਟੋ ਗੱਡੀ ਦੀ ਗੱਲ ਕਰਦੇ ਹਾਂ, ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਜੀ ਤਾਂ ਸਾਰੇ ਜਣੇ ਲਾਈਕ ਜ਼ਰੂਰ ਕਰ ਦਿਓ, ਵੀਡੀਓ ਨੂੰ ਸ਼ੇਅਰ ਕਰ ਦਿਓ ਜੀ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਆਲਟੋ 2009 ਮਾਡਲ ਫਾਸਟ ਓਨਰ ਆਪਾਂ ਲੈ ਕੇ ਪਹੁੰਚੇ ਹਾਂ। 92,000 ਕਿਲੋਮੀਟਰ, 92,000 ਡਿਮਾਂਡ ਹੈ ਜੀ। ਅਤੇ ਕਿਲੋਮੀਟਰ ਇਹਨਾਂ ਨੇ ਦੱਸਿਆ ਨਹੀਂ ਕਿੰਨੀ ਚੱਲੀ ਹੋਈ ਹੈ, ਉਹ ਤੁਸੀਂ ਆਪੇ ਕਨਫਰਮ ਕਰ ਲਿਓ। 92,000 ਰੁਪਇਆ ਡਿਮਾਂਡ ਹੈ। ਕੋਟ ਸ਼ਮੀਰ ਇਹਨਾਂ ਦਾ ਏਰੀਆ, ਨਵੇਂ ਟਾਇਰਾਂ 'ਚ ਗੱਡੀ ਹੈ, ਗੱਡੀ ਦੀ ਬਾਡੀ ਲਾਈਨ ਤੁਸੀਂ ਆਪੇ ਦੇਖ ਲਓ, ਵਧੀਆ ਗੱਡੀ ਬਹੁਤ ਵਧੀਆ ਜੀ। ਬਾਕੀ ਤੁਹਾਡੇ ਸਾਹਮਣੇ ਚਾਰੇ ਪਾਸੋਂ ਫੋਟੋਆਂ ਚੱਲ ਰਹੀਆਂ, ਅੰਦਰੋਂ ਵੀ ਵਧੀਆ, ਬਾਹਰੋਂ ਵਧੀਆ, ਮੈਟਿੰਗ ਮੂਟਿੰਗ, ਏਸੀ ਹੀਟਰ, ਮਿਊਜ਼ਿਕ ਸਿਸਟਮ, ਸਾਰਾ ਕੁਛ ਵਰਕਿੰਗ 'ਚ ਹੈ ਅਤੇ ਵਧੀਆ, ਸਾਰੇ ਫੰਕਸ਼ਨ ਵਰਕਿੰਗ 'ਚ ਨੇ। ਅਤੇ ਜਿਨ੍ਹਾਂ ਦੀ ਗੱਡੀ ਹੈ, ਜਿਹੜੇ ਓਨਰ ਨੇ, 94,786,80,511 ਮਾਲਕ ਦਾ ਨੰਬਰ ਹੈ। ਜਿਹੜੇ ਮਾਲਕ ਦੀ ਗੱਡੀ ਹੈ ਉਹਨਾਂ ਦਾ ਨੰਬਰ ਤੁਹਾਨੂੰ ਮੈਂ ਦੇ ਹੀ ਦਿੱਤਾ ਜੀ। ਅਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜ਼ਰੂਰ ਦੱਸਿਓ ਜੀ। ਅਤੇ ਹੁਣ ਆਪਾਂ ਇੱਕ i20 ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚੇ ਹਾਂ। i20 ਗੱਡੀ ਹੈ, 2009 ਮਾਡਲ ਹੈ, ਕੰਡੀਸ਼ਨ ਆ ਲੁੱਕੀ ਹੈ, NOC ਮਿਲ ਜਾਊਗੀ। 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈਗੀ। ਗੱਡੀ 'ਚ ਕੋਈ ਨੁਕਸ ਨਹੀਂ, ਵਧੀਆ ਚਲਾਉਣ 'ਚ ਵਧੀਆ ਗੱਡੀ ਹੈ, ਮਾਲਕ ਦੇ ਘਰ ਖੜ੍ਹੀ ਹੈ ਗੱਡੀ। ਗੱਡੀ ਦੀ ਜਿਹੜੀ ਡਿਮਾਂਡ ਹੈ, 1,35,000 ਮਾਲਕ ਨੇ ਆਪਣੇ ਕੋਲ ਲਾ ਕੇ ਭੇਜੀ ਆ। ਬਾਕੀ ਕਹਿੰਦੇ ਸੀਗੇ ਲੈਸ ਵੈਸ ਕਰ ਦਾਂਗੇ। ਮਾਨਸਾ ਏਰੀਆ 'ਚ ਗੱਡੀ ਖੜ੍ਹੀ ਹੈ ਮਾਲਕ ਦੇ ਘਰ, ਮਾਨਸਾ ਮਾਲਕ ਦਾ ਏਰੀਆ ਗਾ। ਅਤੇ 1,35 ਡਿਮਾਂਡ ਆ, ਲੈਸ ਵੈਸ ਹੋ ਜੂਗਾ। 9 ਮਾਡਲ ਗੱਡੀ ਆ, i20 ਗੱਡੀ ਹੈ, 87,000 ਕਿਲੋਮੀਟਰ ਗੱਡੀ ਚੱਲੀ ਹੋਈ ਹੈ। ਬਾਕੀ ਤੁਹਾਡੇ ਸਾਹਮਣੇ ਆ ਜੀ, ਜਾ ਕੇ ਕਿਸੇ ਨੇ ਦੇਖਣੀ ਹੋਵੇ, ਚਲਾ ਕੇ ਦੇਖਣੀ ਹੋਵੇ, ਇੰਜਣ ਗੇਅਰ ਚੈੱਕ ਕਰਨਾ ਹੋਵੇ, ਕੁਛ ਵੀ ਪੁੱਛ ਪੜਤਾਲ ਕਰਨੀ ਹੈ, ਮਾਲਕ ਨੂੰ ਫੋਨ ਕਰ ਸਕਦੇ ਹੋ, ਜਾ ਕੇ ਵੀ ਦੇਖ ਸਕਦੇ ਹੋ ਮਾਲਕ ਨਾਲ ਗੱਲ ਕਰਕੇ, ਅਤੇ ਪੁੱਛ ਲਿਓ ਜਦੋਂ ਫਰੀ ਹੋਣਗੇ ਮਾਲਕ ਉਦੋਂ ਵਗ ਜਾਓ, ਅਤੇ ਜਾ ਕੇ ਦੇਖ ਲਓ, ਚਲਾ ਕੇ ਦੇਖ ਲਓ ਅੰਦਰ ਬਾਹਰੋਂ, ਉੱਪਰ ਨੀਚੇ ਤੋਂ ਚੈੱਕ ਕਰਕੇ, ਅਤੇ ਫਿਰ ਗੱਡੀ ਨੂੰ ਖਰੀਦ ਸਕਦੇ ਹੋ। ਜਿਹੜੇ ਮਾਲਕ ਨੇ ਗੱਡੀ ਦੇ ਆਪ, ਉਹਨਾਂ ਦਾ ਨੰਬਰ ਆਪਾਂ ਸਕਰੀਨ 'ਤੇ ਸ਼ੋ ਕਰ ਰੱਖਿਆ, ਨੰਬਰ ਹੈ ਜੀ ਉਹਨਾਂ ਦਾ 98,158,52,259।
ਮਾਲਕ ਨਾਲ ਇੱਕ ਵਾਰੀ ਗੱਲ ਲਾਜ਼ਮੀ ਕਰ ਲਿਓ। ਅਤੇ ਵੀਡੀਓ ਦੀ ਗੱਲਬਾਤ ਤਾਂ ਚਲੋ ਚੱਲ ਰਹੀ ਹੈ ਜੀ, ਅੱਗੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੇ ਹਾਂ। ਇਕੱਲੀ ਇਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਾਂਗੇ, ਜਿੰਨੇ ਤੁਸੀਂ ਦੇਖ ਰਹੇ ਹੋ ਕਿਸ ਵੀ ਏਰੀਆ 'ਚੋਂ ਦੇਖ ਰਹੇ ਹੋ, ਜਿੰਨੀਆਂ ਮੇਰੀਆਂ ਭੈਣਾਂ, ਮੇਰੀਆਂ ਮਾਤਾ, ਮੇਰੇ ਵੱਡੇ ਬਜ਼ੁਰਗ, ਜਿੰਨੇ ਤੁਸੀਂ ਦੇਖ ਰਹੇ ਹੋ, ਜੇ ਤੁਹਾਡੇ ਕੋਲ ਕੁਛ ਵੀ ਹੈ ਜੀ ਵੇਚਣ ਵਾਸਤੇ, ਕੋਠੀ ਆ, ਘਰ ਆ, ਮਕਾਨ, ਗੱਡੀ, ਮੋਟਰਸਾਈਕਲ, ਮਹਿਲ, ਹਵੇਲੀ, ਕੁਛ ਵੀ ਆ ਚਾਹੀ, ਤੁਸੀਂ ਆਪਣੇ ਕੋਲ ਭੇਜ ਕੇ ਫਰੀ ਦੇ ਵਿੱਚ ਐਡ ਲਗਵਾ ਸਕਦੇ ਹੋ। ਭੇਜਣ ਵਾਸਤੇ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਹਮੇਸ਼ਾ ਵਾਰ ਵਾਰ ਚੱਲਦਾ ਰਹਿੰਦਾ ਜੀ, ਨੰਬਰ ਹੈ 78 140 38 764। ਤੁਸੀਂ ਕੀ ਕਰਨਾ, ਬਸ ਇੱਕ ਵੀਡੀਓ 'ਤੇ ਕੁਝ ਕੁ ਫੋਟੋਆਂ 'ਤੇ ਪੂਰੀ ਜਾਣਕਾਰੀ, ਬਸ ਆ ਦੋ ਚਾਰ ਚੀਜ਼ਾਂ ਭੇਜਣੀਆਂ, ਠੀਕ ਆ ਜੀ। ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਆ, ਪਸੰਦ ਆ ਰਹੀ ਆ, ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਜ਼ਰੂਰ ਕਰ ਦਿਓ। ਲਾਈਕ ਕਰਨਾ ਨਾ ਭੁੱਲੋ, ਲਾਈਕ ਕਰਕੇ ਸ਼ੇਅਰ ਕਰ ਦਿਉ ਵੀਡੀਓ ਨੂੰ। ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਜੀ, ਸਬਸਕ੍ਰਾਈਬ ਜ਼ਰੂਰ ਕਰ ਦਿਉ ਜਿੰਨੇ ਤੁਸੀਂ ਪਹਿਲੀ ਵਾਰ ਆਏ ਹੋ, ਅਤੇ ਨਾਲ ਇੱਕ ਬੈਲ ਆਈਕਨ ਹੋਊਗਾ ਜੀ, ਉਹਨੂੰ ਆਲ 'ਤੇ ਸੈੱਟ ਕਰਕੇ ਕਲਿੱਕ ਜ਼ਰੂਰ ਕਰ ਦਿਓ, ਤਾਂ ਕਿ ਜਦੋਂ ਵੀ ਆਪਾਂ ਨਵੀਂ ਵੀਡੀਓ ਆਪਣੀ ਪਾਈਏ ਤਾਂ ਉਸੇ ਵੇਲੇ ਤੁਹਾਡੇ ਕੋਲ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਵੇ ਜੀ। ਬਾਕੀ ਵੀਡੀਓ ਦੀ ਗੱਲਬਾਤ ਚੱਲ ਰਹੀ ਆ, ਅੱਗੇ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਦੇਖੋ ਤੁਸੀਂ, ਅਤੇ ਬਹੁਤ ਸਾਰੀਆਂ ਮੇਰੀਆਂ ਭੈਣਾਂ ਦੇ ਕਮੈਂਟ ਆਪਣੇ ਕੋਲ ਪਹੁੰਚੇ ਸੀਗੇ, ਅਤੇ ਉਹਨਾਂ ਨੇ ਸਸਤੀ ਜੀ ਸਕੂਟੀ ਵਾਸਤੇ ਕਿਹਾ ਸੀਗਾ ਕਿ ਆਪਾਂ ਤੁਹਾਡੇ ਖਾਤਰ ਵਧੀਆ ਸਕੂਟੀ ਲੈ ਕੇ ਪਹੁੰਚੇ ਹਾਂ, ਮਾਡਲ 2008 ਹੈਗਾ, ਐਕਟਿਵਾ ਸਕੂਟੀ ਆ, ਕੰਡੀਸ਼ਨ ਵਧੀਆ, ਬੈਟਰੀ ਨਵੀਂ ਹੈ, ਚਲਾਉਣ 'ਚ ਕੋਈ ਨੁਕਸ ਨਹੀਂ, ਰੇਟ ਆ ਸਿਰਫ 11,000 ਰੁਪਇਆ, ਮਾਲਕ ਕਹਿੰਦੇ ਸੀਗੇ ਉੱਪਰ ਨੀਚੇ ਜ਼ਰੂਰ ਕਰ ਲਾਂਗੇ, ਅਤੇ ਵਧੀਆ ਸਕੂਟੀ ਆ, ਚਲਾਉਣ 'ਚ ਵਧੀਆ, ਮਾਲਕ ਦੇ ਘਰ ਖੜ੍ਹੀ ਆ, ਅਤੇ ਮਾਲਕ ਨੇ ਵੇਚਣੀ ਆ, ਅਤੇ ਜਿਨ੍ਹਾਂ ਦੀ ਆਹ ਸਕੂਟੀ ਆ ਜੀ ਉਹਨਾਂ ਦਾ ਏਰੀਆ ਸਰਦੂਲਗੜ੍ਹ ਆ, ਇਹਨਾਂ ਦੀ ਜਿਹੜੀ ਸਕੂਟੀ ਆ ਬਹੁਤ ਵਧੀਆ, ਬਸ ਥੋੜ੍ਹਾ ਸੀਟ ਕਵਰ ਪਾਟਿਆ ਹੋਇਆ, ਜਦੋਂ ਸੀਟ ਕਵਰ ਪੈ ਗਿਆ ਤਾਂ ਸਾਰੀ ਸਕੂਟੀ ਦੀ ਕੰਡੀਸ਼ਨ ਹੈ A1 ਬਣ ਜੂਗੀ, ਕਿਉਂਕਿ ਸੀਟ ਕਵਰ ਕੋਈ ਜ਼ਿਆਦਾ ਨਹੀਂ ਹੈਗਾ, ਕੋਈ 250 ਦਾ ਆਊਗਾ, ਕੋਈ ਵੱਡੀ ਗੱਲ ਨਹੀਂ ਹੈਗੀ ਜੀ। ਬਾਕੀ ਜਿਨ੍ਹਾਂ ਦੀਆਂ ਸਕੂਟੀ ਆ ਉਹਨਾਂ ਕੋਲ ਇੱਕ ਰੇਟਰਸ VDI ਗੱਡੀ ਵੀ ਹੈ, ਜੇ ਤੁਸੀਂ ਉਹ ਖਰੀਦਣੀ ਆ ਉਹ ਵੀ ਖਰੀਦ ਸਕਦੇ ਹੋ, ਕਿਸੇ ਨੂੰ ਜੇ ਲੋਡ ਹੈਗੀ ਹੈ, ਕੋਈ ਭਾਲਦਾ ਫਿਰਦਾ ਰੇਟਰਸ VDI ਗੱਡੀ, ਤਾਂ ਚਿੱਟੇ ਰੰਗ ਦੀ ਗੱਡੀ ਹੈ, VDI ਬਹੁਤ ਵਧੀਆ ਸਾਫ ਕੰਡੀਸ਼ਨ ਦੀ ਹੈ, ਅਤੇ ਮਾਡਲ ਹੈ 2012, ਅਤੇ ਗੱਡੀ ਦਾ ਨੰਬਰ ਹੈ ਜਿਹੜਾ ਰੇਟਰਸ ਦਾ ਉਹ ਹਰਿਆਣਾ ਨੰਬਰ ਹੈ, ਨੰਬਰ ਪਲੇਟਾਂ ਸਰਕਾਰੀ ਹੈ, ਸਾਰਾ ਕੁਛ ਵਧੀਆ, AC ਹੀਟਰ ਵਰਕਿੰਗ 'ਚ ਹੈ, ਮਿਊਜ਼ਿਕ ਸਿਸਟਮ ਵਧੀਆ ਲੱਗਿਆ ਹੋਇਆ, ਇਕੱਲਾ ਇਕੱਲਾ ਕੰਮ ਮਾਲਕ ਨੇ ਕਰਵਾ ਰੱਖਿਆ, ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ, ਨਵੇਂ ਆਪਾਂ ਨੂੰ ਮਿਲ ਜਾਣਗੇ ਜੀ, ਅਤੇ ਜਾ ਕੇ ਤੁਸੀਂ ਦੇਖਣੀ ਹੋਵੇ ਗੱਡੀ ਜਾਂ ਸਕੂਟੀ ਜਾ ਕੇ ਦੇਖ ਸਕਦੇ ਹੋ, ਸਕੂਟੀ ਵੀ ਵਿਕਾਊ ਹੈ, ਗੱਡੀ ਵੀ ਵਿਕਾਊ ਹੈ, ਏਰੀਆ ਸਰਦੂਲਗੜ੍ਹ ਹੈ, ਅਤੇ ਨੰਬਰ ਜਿਨ੍ਹਾਂ ਦੀ ਗੱਡੀ ਹੈ ਅਤੇ ਸਕੂਟੀ ਆ 6804 0 28 47। ਹੁਣ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਵਰਨਾ ਗੱਡੀ, ਵਰਨਾ ਗੱਡੀ ਆ 2012 ਮਾਡਲ ਹੈ, ਫਾਸਟ ਓਨਰ ਹੈ, ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ, ਹਰਿਆਣਾ ਨੰਬਰ ਗੱਡੀ ਹੈ, ਕੰਡੀਸ਼ਨ ਆਲ ਓਕੇ ਹੈ, 3,25,000 ਰੁਪਇਆ ਡਿਮਾਂਡ ਹੈ, ਪਟਿਆਲੇ ਖੜ੍ਹੀ ਹੈ ਗੱਡੀ, ਅਤੇ ਗੱਡੀ ਟਾਇਰ ਨਵੇਂ ਨੇ, ਸਿਲਵਰ ਜੇ ਕਲਰ 'ਚ ਗੱਡੀ ਹੈ, ਨੁਕਸ 1 ਰੁਪਈਏ ਦਾ ਵੀ ਹੈ ਨਹੀਂ ਗਾ, ਜਾ ਕੇ ਤੁਸੀਂ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੇ ਹੋ, ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਸਕਦੇ ਹੋ, ਬਾਕੀ ਤੁਹਾਡੇ ਸਾਹਮਣੇ ਸਾਰਾ ਕੁਛ ਵਧੀਆ, ਗੱਡੀ ਆ ਵਧੀਆ ਰੱਖੀ ਹੋਈ ਆ, ਵਰਨਾ ਗੱਡੀ ਆ, ਨੰਬਰ ਮਾਲਕ ਦਾ ਸਕਰੀਨ 'ਤੇ ਆਪਾਂ ਦੇ ਰੱਖਿਆ 6208 30 249। ਹੁਣ ਤੁਸੀਂ ਦੇਖੋ ਜੀ ਇੱਕ ਆਪਣੇ ਕੋਲ ਮਾਰੂਤੀ 800 ਗੱਡੀ ਮਾਲਕ ਨੇ ਭੇਜੀ ਹੈ ਸੇਲ ਵਾਸਤੇ, 2002 ਮਾਡਲ ਗੱਡੀ ਹੈ, 43,000 ਰੁਪਇਆ ਕੀਮਤ ਹੈ, ਰਾਮਪੁਰਾ ਫੂਲ ਮਾਲਕ ਦਾ ਏਰੀਆ, ਗੱਡੀ ਦੇ ਟਾਇਰ 60 ਤੋਂ 65 ਪੈਸੇ ਆਪਾਂ ਨੂੰ ਮਿਲ ਜਾਣਗੇ, ਗੱਡੀ ਅੰਦਰੋਂ ਵੀ ਬਹੁਤ ਵਧੀਆ ਪਈ ਆ, ਬਾਹਰੋਂ ਵੀ ਬਹੁਤ ਵਧੀਆ ਪਈ ਆ, ਚਲਾ ਕੇ ਦੇਖਣੀ ਹੋਵੇ, ਕਿਸੇ ਨੂੰ ਵੀ ਪਸੰਦ ਆਈ ਹੋਵੇ ਚਲਾ ਕੇ ਦੇਖ ਸਕਦੇ ਹੋ, ਕਿਸੇ ਨੂੰ ਵੀ ਖਰੀਦਣੇ ਦੀ ਮਤਲਬ ਕਿ ਕਿਸੇ ਨੂੰ ਲੋੜ ਹੈ, ਕੋਈ ਚਾਹਵਾਨ ਹੈ ਖਰੀਦਣ ਦਾ, ਤਾਂ ਗੱਡੀ ਦੇ ਮਾਲਕ ਜਿਹੜੇ ਹੈਗੇ ਆ ਉਹਨਾਂ ਦਾ ਨੰਬਰ ਆਪਾਂ ਸਕਰੀਨ 'ਤੇ ਦੇ ਰੱਖਿਆ 98 500 54 0 96 95। ਗੱਲ ਤੁਸੀਂ ਲਾਜ਼ਮੀ ਇੱਕ ਵਾਰੀ ਕਰ ਲਿਓ ਜੀ,
ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜ਼ਰੂਰ ਦੱਸੋ, ਅਤੇ ਵੀਡੀਓ ਪਸੰਦ ਆਈ ਹੈ ਤਾਂ ਵਧੀਆ ਲੱਗੀ ਹੈ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਉ, ਅਤੇ ਮਿਲਦੇ ਹਾਂ ਜਲਦੀ ਆਪਾਂ ਇਸੇ ਤਰ੍ਹਾਂ ਦੀ ਇੱਕ ਹੋਰ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ, ਅਤੇ ਮਿਲਦੇ ਹਾਂ ਜਲਦੀ, ਖੁਸ਼ ਰਹੋ ਜੀ, ਆਪਣੇ ਘਰ ਰਹੋ, ਪਰਿਵਾਰ 'ਚ ਰਹੋ, ਅਤੇ ਠੰਡ ਜ਼ਿਆਦਾ ਹੋਈ ਪਈ ਆ, ਧਿਆਨ ਰੱਖੋ ਥੋੜ੍ਹਾ ਜਿਹਾ, ਖਾਸ ਕਰਕੇ ਜਵਾਕਾਂ ਦਾ।